अलका सुजानपुर के गांव बेड़िया के पास लगे सरकारी पेड़ों की कटाई का मामला सामने आया है। जानकारी मुताबिक इन पेड़ों की कटाई को लेकर पहले से कोई भी टेंडर या बोली नहीं लगाई गई थी और ना ही वन जन जीवन विभाग से कोई अप्रूवल ली गई थी। देखिए टुडे हेडलाइन संवाददाता अमित भगत की खास रिपोर्ट। नमस्कार दोस्तों, मैं अमित भगत, तुसी देख रहे टुडे हेडलाइंस। जिला पठानकोट दे विच बन माफिया जड़ा है लगातार सरगर्म होंदा दिखाई दे रहा है। जेकर गल करिए जिला पठानकोट ते जिला पठानकोट दे विच आए दिन जड़े है बूटे दी जिहड़ी कटाई दे मामले जिहड़े सामने आंदे रहंदे है। तो इस वेले असीं मौजूद आ हलका सुजानपुर दे पिंड बेड़ियां कोठे दे विच जिथे कि बूटे दी कटाई दी जिहड़ी सानूं जानकारी मिली सी ते असीं इत्थे मौके ते आके देखिया ते लगात ते मौके दे उत्ते जदों असीं इत्थे आके देखिया ते 8 to 10 ਦੇ ਲਗਭਗ ਕਰੀਬ ਜਿਹੜੇ ਬੂਟੇ ਜਿਹੜੇ ਇੱਥੇ ਵੱਡੇ ਗਏ ਆ। ਮੈਂ ਪਿੱਛੇ ਤੁਹਾਨੂੰ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਇਹ ਬੂਟਿਆਂ ਦੀ ਕਟਾਈ ਜਿਹੜੀ ਇੱਥੇ ਬਨਮਾਫੀਆਂ ਵੱਲੋਂ ਜਿਹੜੀ ਕੀਤੀ ਗਈ ਹੈ ਅਤੇ ਲਗਾਤਾਰ ਜਿਹੜੇ ਅਜਿਹੇ ਮਾਮਲੇ ਜਿਹੜੇ ਆ ਜ਼ਿਲ੍ਹਾ ਪਠਾਨਕੋਟ ਤੋਂ ਜਿਹੜੇ ਸਾਹਮਣੇ ਆ ਰਹੇ ਆ। ਅਤੇ ਇਸ ਵੇਲੇ ਅਸੀਂ ਸੁਜਾਨਪੁਰ ਦੇ ਪਿੰਡ ਬੇੜੀਆਂ ਕੋਠੇ ਵਿੱਚ ਮੌਜੂਦ ਹਾਂ ਜਿੱਥੇ ਕਿ ਬੂਟਿਆਂ ਦੀ ਜਿਹੜੀ ਕਟਾਈ ਜਿਹੜੀ ਕੀਤੀ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਸਾਫ਼ ਜਿਹੜੇ ਬੂਟੇ ਇੱਥੇ ਜਿਹੜੇ ਵੱਡੇ ਗਏ ਆ ਅਤੇ ਕੀ ਵਜ੍ਹਾ ਜਿਹੜੀ ਹੈ ਜਿਹੜੇ ਲਗਾਤਾਰ ਜਿਹੜੇ ਇੱਥੇ ਬੂਟਿਆਂ ਜਿਹੜੀ ਕਟਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਤੇ ਕਿਉਂ ਇਸ ਵੱਲ ਜਿਹੜਾ ਕੋਈ ਵੀ ਐਕਸ਼ਨ ਜਿਹੜਾ ਨਹੀਂ ਲਿੱਤਾ ਜਾ ਰਿਹਾ। ਫਿਲਹਾਲ ਅਸੀਂ ਜਿਹੜੇ ਇੱਥੋਂ ਦੇ ਫੋਰੈਸਟ ਗਾਰਡ ਜਿਹੜੇ ਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀ ਇੱਕ ਕੰਪਲੇਂਟ ਜਿਹੜੀ ਹੈ ਉਹ ਸੁਜਾਨਪੁਰ ਥਾਣੇ ਦੇ ਵਿੱਚ ਦੇ ਦਿੱਤੀ ਗਈ ਹੈ ਅਤੇ ਜਦੋਂ ਵੀ ਇਹਨਾਂ ਚੋਰਾਂ ਨੂੰ ਜਿਹੜਾ ਫੜਿਆ ਜਾਏਗਾ ਅਤੇ ਉਹਨਾਂ 'ਤੇ ਉੱਥੇ ਜਿਹੜੀ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਅਮਿਤ ਭਗਤ, ਟੁਡੇ ਹੈਡਲਾਈਨਸ, ਸੁਜਾਨਪੁਰ। ਮੇਰਾ ਨਾਮ ਜੀ ਦਿਆਰਾ ਵਾ, ਫੋਰੈਸਟ ਗਾਰਡ ਸੁਜਾਨਪੁਰ ਵੀਰ। ਹਾਂਜੀ ਹਾਂਜੀ। ਇਹ ਜਿਹੜੇ ਇਹ ਜੀ ਧੁੰਦ ਦੀ ਸਿਆਲ ਵਿੱਚ ਧੁੰਦ ਪੈਂਦੀ ਆ, ਧੁੰਦ ਦੀ ਆੜ ਦੇ ਵਿੱਚ ਆ ਕੇ ਅਤੇ ਚੋਰ ਜਿਹੜੇ ਗੈਰ ਪਛਾਤੇ ਬੰਦੇ ਆ ਉਹ ਇਹੋ ਜਿਹਾ ਕੰਮ ਕਰਦੇ ਨੇ। ਅਸੀਂ ਉਹਨਾਂ ਦੀ ਭਾਲ ਜਾ ਰਹੀ ਆ, ਮੈਂ ਥਾਣੇ ਲਿਖ ਕੇ ਦੇ ਕੇ ਆਇਆ ਇਹਨਾਂ ਬਾਰੇ ਔਰ ਡੈਮੇਜ ਰਿਪੋਰਟ ਵੀ ਇਹਦੀ ਕੱਟ ਦਿੱਤੀ ਆ। ਅਤੇ ਜਿਹੜਾ ਵੀ ਬੰਦਾ ਇਹੋ ਜਿਹੇ ਕੰਮ ਕਰਦਾ ਨਾ ਉਹਨੂੰ ਇੱਕ ਹਫ਼ਤੇ ਦੇ ਵਿੱਚ ਲੱਭ ਕੇ ਭਾਲ ਛਾਡੀ ਜਾ ਰਹੀ ਹੈ। ਸਾਰਾ ਅਸੀਂ ਮਹਿਕਮਾ ਸਾਰਾ ਇਸੇ ਕੰਮ 'ਚ ਲੱਗਿਆ। ਜਿਹੜਾ ਵੀ ਕੋਈ ਬੰਦਾ ਇਹੋ ਜਿਹਾ ਗੈਰ ਕਾਨੂੰਨੀ ਕੰਮ ਇਹ ਕਰਦਾ ਹੈ ਸਰਕਾਰ ਨੂੰ ਉਹ ਨੁਕਸਾਨ ਪਹੁੰਚਾਉਂਦਾ, ਉਹਦੇ ਉੱਤੇ ਸਖ਼ਤ ਕਾਰਵਾਈ ਕੀਤੀ। ਕਿੰਨੇ ਕੁ ਬੂਟੇ ਵੱਢੇ ਗਏ ਆ? ਅਤੇ ਇਹ ਕੋਈ 5 to 6 ਦੇ ਵਿੱਚ ਦਰਮਿਆਨ ਹੈ। ਹਾਂ, ਅਤੇ ਇਹਨਾਂ ਦੇ ਅਸੀਂ ਇਹਨਾਂ ਦੀ ਛਾਣਬੀਨ ਕਰਨ ਦੇ ਹਾਂ। ਜਿਹੜਾ ਵੀ ਚੋਰ ਜਿਹੜਾ ਲੱਭ ਗਿਆ ਅਸੀਂ ਆਪਣੀ ਕਾਰਵਾਈ ਕਦੋਂ ਦੇ ਵੱਢੇ ਗਏ ਆ ਬੂਟੇ? ਇਹਨੂੰ ਇਹ ਹੋ ਗਿਆ ਕੋਈ 2 ਕੁ ਦਿਨ ਦੇ ਵਿੱਚ ਇੱਦਾਂ ਹੋਇਆ। 2 ਕੁ ਦਿਨ ਦੇ ਵਿੱਚ ਧੁੰਦ ਦੀ ਪੈ ਰਹੀ ਹੈ ਨਾ, ਧੁੰਦ ਦੇ ਵਿੱਚ ਨਾ ਚੋਰ ਗਰੋਹ ਹੈ ਜਿਹੜਾ ਇਹੋ ਜਿਹੇ ਕੰਮ ਕਰਦਾ। ਸਾਡੀ ਇਹਦੇ ਉੱਤੇ ਬੜੀ ਸਖ਼ਤ ਕਾਰਵਾਈ ਆ, ਅਸੀਂ ਸਾਡੀ ਨਿਗਰਾਨੀ ਪੂਰੀ ਆ, ਅਸੀਂ ਹਰ ਪੱਖੋਂ ਇਹ ਜਿਹੜਾ ਕੋਈ ਕਰਦਾ ਨੁਕਸਾਨ ਉਹਦੇ ਉੱਤੇ ਸਖ਼ਤ ਕਾਰਵਾਈ। ਪਹਿਲਾਂ ਵੀ ਇੱਦਾਂ ਦਾ ਕਿਸੇ ਵੱਲੋਂ ਨੁਕਸਾਨ ਪਹੁੰਚਾਇਆ? ਪਹਿਲਾਂ ਵੀ ਕਈ, ਮੈਂ ਤਾਂ ਹੁਣ ਉਹ ਆਇਆ, ਮੈਨੂੰ 2 ਮਹੀਨੇ ਹੋਏ ਆ, ਮੇਰੇ ਤੋਂ ਪਹਿਲਾਂ ਵੀ ਕਦੀ ਹੋਰ ਵੀ ਕਿਤੇ ਕਈ ਜਗ੍ਹਾ ਦੇ ਉੱਤੇ ਬੀਟਾਂ ਦੇ ਵਿੱਚ ਖੈਰ ਨੂੰ ਚੋਰ ਗਰੋਹ ਕਈ ਨਸ਼ੇ ਪੱਤੇ ਵਾਲੇ ਲੋਕ ਇਹੋ ਜਿਹਾ ਕੰਮ। ਕਿਹੜੇ ਬੂਟੇ ਆ ਜਿਹੜੇ ਵੱਢੇ ਗਏ? ਹਾਂਜੀ, ਇਹ ਕਿਹੜੇ? ਇਹ ਖੈਰ ਦੇ ਬੂਟੇ ਨੇ। ਅੱਛਾ, ਖੈਰ ਦੇ ਬੂਟੇ ਨੇ। ਹੁਣ ਕੀ ਕਾਰਵਾਈ ਕੀਤੀ ਇਹਨਾਂ 'ਤੇ? ਕਾਰਵਾਈ ਅਸੀਂ ਥਾਣੇ ਲਿਖ ਕੇ ਦੇ ਦਿੱਤਾ ਅਤੇ ਅਸੀਂ ਆਪਣੀ ਡੈਮੇਜ ਰਿਪੋਰਟ ਵੀ ਕੱਟ ਦਿੱਤੀ ਆ। ਅਣਪਛਾਤੇ ਬੰਦਿਆਂ 'ਤੇ ਭਾਲ ਸਾਡੀ ਜਾ ਰਹੀ ਆ, ਹਫ਼ਤੇ ਦੇ ਵਿੱਚ ਹੀ ਲੱਭ ਕੇ ਨਾ ਸਾਡੀ ਚੱਲ ਰਹੀ ਹੈ ਭਾਲ ਜਾ ਰਹੀ, ਹਫ਼ਤੇ ਦੇ ਵਿੱਚ ਲੱਭ ਕੇ ਇਸ ਬੰਦਿਆਂ ਨੂੰ ਇਹ 'ਤੇ ਕਾਰਵਾਈ ਕੀਤੀ।
ਇਨਵੈਸਟਰਸ ਐਂਡ ਪ੍ਰੋਮੋਟਰਸ ਵਾਰਡ ਨੰਬਰ 11 ਨੀਅਰ ਨੋਵਲਟੀ ਮਾਲ ਮਾਮੂਨ ਰੋਡ ਪਠਾਨਕੋਟ ਕੰਟੈਕਟ ਅਸ ਔਨ 9540066113